ਦਰਸ਼ਕਾਂ ਸਾਰਿਆਂ ਨੂੰ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਜਾਇਕਾ ਪ੍ਰੋਗਰਾਮ ਵਿੱਚ ਸਵਾਗਤ ਹੈ। ਤੇ ਲੋ ਜੀ, ਅੱਜ ਅਸੀਂ ਹੈਪੀ 2020 ਦੇ ਵਿੱਚ ਆ ਚੁੱਕੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਨਵੇਂ ਸਾਲ ਦੀ ਸ਼ੁਰੂਆਤ ਅਸੀਂ ਮਿੱਠੇ ਦੇ ਨਾਲ ਕਰਨ ਜਾ ਰਹੇ ਹਾਂ ਤੇ ਲੋ ਜੀ, ਅੱਜ ਅਸੀਂ ਬਿਸਕਿਟ ਪੁਡਿੰਗ ਬਣਾ ਰਹੇ ਹਾਂ ਤੇ ਉਸਦੀ ਸਾਰੇ ਜਣੇ ਸਮੱਗਰੀ ਤੇ ਵਿਧੀ ਨੋਟ ਕਰੋ। ਹਾਂਜੀ, ਲੋ ਜੀ, ਸ਼ੁਰੂਆਤ ਕਰਨ ਜਾ ਰਹੇ ਹਾਂ। 3 ਬਿਸਕਿਟ ਦੇ ਪੈਕੇਟ ਨੇ ਸਾਡੇ ਕੋਲ, ਥੋੜ੍ਹਾ ਜਿਹਾ ਬਟਰ ਤੇ 2 ਚਮਚ ਅਸੀਂ ਕੋਰਨਫਲੋਰ ਐਡ ਕਰਾਂਗੇ, 2 ਚਮਚ ਹੀ ਅਸੀਂ ਕੋਕੋ ਪਾਊਡਰ ਐਡ ਕਰਾਂਗੇ ਤੇ 5 ਤੋਂ ਲੈ ਕੇ 6 ਚਮਚ ਅਸੀਂ ਚੀਨੀ ਐਡ ਕਰਨੀ ਹੈ। ਥੋੜ੍ਹੀ ਜਿਹੀ ਸਾਡੇ ਕੋਲ ਬੀਟ ਕੀਤੀ ਹੋਈ ਕਰੀਮ ਹੈ ਤੇ ਫਰੂਟ ਹੈ, ਤੁਸੀਂ ਫਰੂਟ ਫਰੈਸ਼ ਵੀ ਯੂਜ਼ ਕਰ ਸਕਦੇ ਹੋ ਤੇ ਥੋੜ੍ਹਾ 2 ਕੱਪ ਪਾਣੀ ਹੈ। ਤੇ ਲਓ ਜੀ, ਅਸੀਂ ਹੁਣ ਇਹਦੀ ਸਮੱਗਰੀ ਜਿਹੜੀ ਹੈ ਤੁਹਾਨੂੰ ਦੱਸ ਦਿੱਤੀ ਤੇ ਵਿਧੀ ਨੋਟ ਕਰੋ ਸਾਰੇ ਜਣੇ। ਗੈਸ ਔਨ ਹੋ ਗਈ ਹੈ ਜੀ, ਥੋੜ੍ਹੇ ਇਹਦੇ 'ਚ ਅਸੀਂ ਬਟਰ ਐਡ ਕਰ ਰਹੇ ਹਾਂ, ਬਟਰ ਮੈਲਟ ਹੋ ਜਾਏ। ਜਦੋਂ ਬਟਰ ਮੈਲਟ ਹੋ ਜਾਏਗਾ ਉਸਦੇ ਬਾਅਦ ਅਸੀਂ ਇਹਦੇ 'ਚ ਕੋਰਨਫਲੋਰ ਐਡ ਕਰਾਂਗੇ, ਥੋੜ੍ਹਾ ਜਿਹਾ ਉਸਨੂੰ ਰੋਸਟ ਕਰਾਂਗੇ ਕੋਰਨਫਲੋਰ ਨੂੰ। 2 ਚਮਚ ਅਸੀਂ ਇਹਦੇ 'ਚ ਕੋਰਨਫਲੋਰ ਐਡ ਕਰਾਂਗੇ, ਥੋੜ੍ਹਾ ਜਿਹਾ ਇਸਨੂੰ ਰੋਸਟ ਕਰਾਂਗੇ। ਦੋ ਚਮਚ ਅਸੀਂ ਬੜੇ ਜਿਹੜੇ ਹੈ ਕੋਕੋ ਪਾਊਡਰ ਐਡ ਕਰਾਂਗੇ। ਇਹ ਅਸੀਂ ਚੋਕਲੇਟ ਸੌਸ ਤਿਆਰ ਕਰ ਰਹੇ ਹਾਂ। ਚੋਕਲੇਟ ਸੌਸ ਤੁਸੀਂ ਦੁੱਧ ਦੇ ਵਿੱਚ ਵੀ ਪਾ ਕੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ, ਬੱਚੇ ਬੜੇ ਸ਼ੌਕੀਨ ਨੇ, ਚੋਕਲੇਟ ਦੇ ਵੈਸੇ ਵੀ ਬੜੇ ਸ਼ੌਕੀਨ ਹੁੰਦੇ ਨੇ। 5 ਤੋਂ 6 ਚਮਚ ਅਸੀਂ ਇਹਦੇ 'ਚ ਚੀਨੀ ਐਡ ਕਰਾਂਗੇ, ਥੋੜ੍ਹਾ ਜਿਹਾ ਭੁੰਨਾਂਗੇ, ਨਾਲ ਹੀ 2 ਕੱਪ ਅਸੀਂ ਇਹਦੇ 'ਚ ਪਾਣੀ ਐਡ ਕਰ ਦਾਂਗੇ। ਦੇਖੋ ਕਿੰਨੀ ਆਸਾਨ ਹੈ ਆਪਣੇ ਚੋਕਲੇਟ ਸੌਸ ਬਣਾਉਣੀ। ਬਸ ਹੁਣ 2 ਮਿੰਟ ਅਸੀਂ ਵੇਟ ਕਰਾਂਗੇ ਤਾਂ ਕਿ ਇਹ ਥਿੱਕ ਹੋ ਜਾਏ। ਜਦੋਂ ਇਹ ਥਿੱਕ ਹੋ ਗਈ ਤਾਂ ਸਾਡੇ ਕੋਲ ਜਿਹੜੀ ਚੋਕਲੇਟ ਸੌਸ ਹੈ ਰੈਡੀ ਹੋ ਗਈ। ਕਰਨਾ ਕੁਛ ਨਹੀਂ ਹੈ, ਸਭ ਕੁਛ ਨੂੰ ਮਿਕਸ ਕਰਨਾ, ਥੋੜ੍ਹਾ ਜਿਹਾ ਰੋਸਟ ਕਰਨਾ ਬਸ। ਉਸਦੇ ਬਾਅਦ ਇਸਨੂੰ ਤੁਸੀਂ ਬਸ ਗੈਸ ਰੱਖੋ, ਜਦੋਂ ਹੀ ਇਹ ਥਿੱਕ ਹੋ ਜਾਏ ਤੁਹਾਡੀ ਚੋਕਲੇਟ ਸੌਸ ਰੈਡੀ ਹੈ। ਇੰਨੀ ਦੇਰ ਅਸੀਂ ਜਿਹੜੇ ਬਿਸਕਿਟਸ ਹੈ, ਕੋਈ ਵੀ ਬਿਸਕਿਟ ਲੈ ਲਓ ਤੁਸੀਂ, ਚੋਕਲੇਟ ਲੈ ਲਓ, ਕਿਸੇ ਵੀ ਤਰ੍ਹਾਂ ਦੇ ਲੈ ਕੇ ਉਹਨਾਂ ਨੂੰ ਕ੍ਰਸ਼ ਕਰ ਲਓ। ਜਿਸਦੇ ਵਿੱਚ ਤੁਸੀਂ ਬਣਾਉਣਾ ਉਸੀ ਦੇ ਵਿੱਚ ਹੀ ਤੁਸੀਂ ਇਹਨਾਂ ਨੂੰ ਕ੍ਰਸ਼ ਕਰੋ। ਸਿੰਪਲ ਕਿਸੇ ਵੀ ਤਰ੍ਹਾਂ ਦੇ ਬਿਸਕਿਟ ਲਓ, 2 ਤੋਂ 3 ਪੈਕਟ ਲੈ ਲਓ। ਬੜੀ ਸਿੰਪਲ ਜੀ ਅਤੇ ਬੜੀ ਜ਼ਬਰਦਸਤ ਰੈਸਪੀ ਹੈ ਇਹ। ਬੱਚਿਆਂ ਨੂੰ ਵੈਸੇ ਵੀ ਬਿਸਕਿਟ ਹੋਇਆ, ਚੋਕਲੇਟ ਹੋਇਆ ਬਹੁਤ ਟੇਸਟੀ ਲੱਗਦਾ ਹੈ। ਲਓ ਜੀ, ਚੋਕਲੇਟ ਸੌਸ ਸਾਡੀ ਬਣ ਕੇ ਤਿਆਰ ਹੈ। ਆਹ ਦੇਖੋ, ਇਸਦੀ ਪਹਿਚਾਣ ਤੁਹਾਨੂੰ ਦੱਸੀਏ। ਆਹ ਦੇਖੋ, ਜਦੋਂ ਪਿੱਛੇ ਲੱਗ ਜਾਏ ਤਾਂ ਸਮਝੋ ਰੈਡੀ ਹੈ ਤੁਹਾਡੀ ਚੋਕਲੇਟ ਸੌਸ। ਅਤੇ ਹੁਣ ਅਸੀਂ ਗੈਸ ਕਰ ਦਿੱਤੀ ਹੈ ਬੰਦ, ਅਤੇ ਹੁਣ 2 ਮਿੰਟ ਇਹਨੂੰ ਥੋੜ੍ਹਾ ਜਿਹਾ ਠੰਡਾ ਹੋਣ ਲਈ ਰੱਖਾਂਗੇ। ਜਦੋਂ ਇਹ ਠੰਡਾ ਹੋ ਜਾਏ ਫਿਰ ਦੇਣ ਅਸੀਂ ਇਸਦਾ ਨੈਕਸਟ ਜਿਹੜਾ ਹੈਗਾ ਉਹ ਕਰਾਂਗੇ ਪ੍ਰੋਸੈਸ। ਲਓ ਜੀ, ਚੋਕਲੇਟ ਸੌਸ ਸਾਡੀ ਬਣ ਕੇ ਰੈਡੀ ਹੋ ਚੁੱਕੀ ਹੈ ਅਤੇ ਠੰਡੀ ਵੀ ਹੋ ਗਈ ਹੈ। ਅਤੇ ਹੁਣ ਅਸੀਂ ਇਸਨੂੰ ਗਰਮਾ ਗਰਮ ਜਿਹੜੀ ਠੰਡੀ ਹੈ ਉਸਨੂੰ ਅਸੀਂ ਬਿਸਕਿਟ ਦੇ ਉੱਤੇ ਪਾ ਰਹੇ ਹਾਂ। ਸੈਕਿੰਡ ਲੇਅਰ ਅਸੀਂ, ਕੋਈ ਵੀ ਤੁਹਾਡੇ ਘਰ ਫਰੂਟ ਪਿਆ ਹੋਵੇ ਉਸਦੀ ਲੇਅਰ ਦੇ ਦਿਓ, ਚਾਹੇ ਫਰੈਸ਼ ਫਰੂਟ ਹੋਵੇ ਚਾਹੇ ਕੇਨ ਵਾਲਾ ਹੋਵੇ ਫਰੂਟ। ਇੰਨੀ ਵਧੀਆ ਲੱਗਦੀ ਹੈ ਕਿ ਬੱਚੇ ਮਿੰਟਾਂ 'ਚ ਖਾ ਜਾਣਗੇ, ਦੇਖ ਲੈਣਾ। ਬਹੁਤ ਚਟਪਟ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ। ਅਤੇ ਨੈਕਸਟ ਹੁਣ ਅਸੀਂ ਜਿਹੜੀ ਬੀਟ ਕੀਤੀ ਹੋਈ ਹੈ ਕਰੀਮ ਉਹ ਐਡ ਕਰਾਂਗੇ ਇਹਦੇ ਉੱਤੇ। ਹਾਂਜੀ, ਹੁਣ ਅਸੀਂ ਇਸਦੇ ਉੱਤੇ ਕਰੀਮ ਲਗਾ ਦਿੱਤੀ ਹੈ। ਹੁਣ ਅਸੀਂ ਇਸਨੂੰ ਡੈਕੋਰੇਟ ਕਰਨ ਜਾ ਰਹੇ ਹਾਂ। ਤੁਸੀਂ ਕੋਈ ਵੀ ਕੋਕੋਨਟ ਹੋਵੇ ਉਸਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਕੋਈ ਵੀ ਕਲਰ ਐਡ ਕਰ ਲਓ। ਇਹ ਤੁਹਾਡੇ ਉੱਤੇ ਹੈਗਾ ਵੀ ਤੁਸੀਂ ਕਿਸ ਤਰ੍ਹਾਂ ਇਸਨੂੰ ਡੈਕੋਰੇਟ ਕਰਨਾ, ਜਿਸ ਤਰ੍ਹਾਂ ਵੀ ਤੁਹਾਡਾ ਦਿਲ ਕਰੇ ਉਸ ਤਰ੍ਹਾਂ ਕਰੋ। ਹਾਂਜੀ, ਬਿਸਕਟ ਪੁਡਿੰਗ ਬਣ ਕੇ ਤੁਹਾਡੇ ਲਈ ਤਿਆਰ ਹੈ। ਅਤੇ ਲਓ ਜੀ, ਅਜੀਤ ਵੈਬ ਟੀਵੀ ਵੱਲੋਂ, ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ ਅ ਵੈਰੀ ਵੈਰੀ ਹੈਪੀ ਨਿਊ ਈਅਰ ਟੂ ਆਲ। ਅਤੇ ਲਓ ਜੀ, ਸਰਮਨਮੀਤ ਕੌਰ ਸੰਗੂ ਨੂੰ ਦਿਓ ਇਜਾਜ਼ਤ, ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਧੰਨਵਾਦ ਤੁਹਾਡਾ।